ਜਬਰ ਜਨਾਹ ਦੀਆਂ ਵੱਧ ਰਹੀਆਂ ਘਟਨਾਵਾਂ ਲਈ ਮਾਤਾ ਪਿਤਾ ਅਤੇ ਮੋਬਾਈਲ ਜ਼ਿੰਮੇਵਾਰ। ਭਾਜਪਾ ਵਿਧਾਇਕ। ਉੱਤਰ ਪ੍ਰਦੇਸ਼ ਤੋਂ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਜਬਰ ਜਨਾਹ ਦੀਆਂ ਵੱਧ ਰਹੀਆਂ ਘਟਨਾਵਾਂ ਲਈ ਮਾਤਾ ਪਿਤਾ ਅਤੇ ਮੋਬਾਈਲ ਜ਼ਿੰਮੇਵਾਰ ਹਨ। ਸਮਾਜ ਨੂੰ ਜੋ ਵਿਕ੍ਰਤੀ ਆਈ ਹੈ ਉਸਮੇ ਅਭਿਭਾਵਕ ਕਾ ਪੂਰਤਿਆ ਦੋਸ਼ ਹੈ, ਕਿਉਂਕਿ ਨੀਤੀ ਵੀ ਕਹਤੀ ਹੈ ਕਿ 15 ਵਰਸ ਕੀ ਉਮਰ ਤੱਕ ਅਭਿਭਾਵਕ ਕਾ ਧਰਮ ਹੈ ਕਿ ਆਪਣੇ ਬੱਚੋਂ ਕਾ ਸੰਰਕਸ਼ਣ ਕਰੇ। ਪੰਚਮ ਬਰਸਾਣੀ ਤਾੜੇ ਤੇ ਪੰਚਦਸ਼ਮ ਬਰਸਾਣੀ ਲੜੇ ਤੇ ਔਰ ਪੰਚਦਸ਼ਮ ਬਰਸਾਣੀ ਤਾੜੇ ਤੇ ਪ੍ਰਾਪਤੇ ਚ ਸੁੜਸੇ ਵਰਸੇ ਪੁੱਤਰ ਮਿੱਤਰ ਸਮਾਚਰਿਤ। 15 ਵਰਸੋਂ ਤੱਕ ਵਿਸ਼ੇਸ਼ ਨਿਗਰਾਨੀ ਕੀ ਆਵਸ਼ਕਤਾ ਆਪਣੇ ਨੀਤੀ ਮੇ ਕਹੀ ਗਈ ਹੈ। ਮਾਨਵੀ ਜੀਵਨ ਮੇ ਔਰ ਜੋ ਸੁਰੱਕਸ਼ਾਚਾਰੀ ਸੁਭਾਵ ਜਾਤਾ ਹੈ ਬੱਚੋਂ ਕਾ ਔਰ ਬੱਚਿਓ ਕਾ ਯਹ ਕਿਸੀ ਵੀ ਐਂਗਲ ਸੇ ਬਣਿਆ ਨਹੀਂ। ਆਪ ਦੇਖੇ ਹੋਂਗੇ ਕਿ ਸੀਤਾ ਜੋ ਹੈ, ਸੀਤਾ ਜੈਸੀ ਨਾਰੀ ਕੋ ਵੀ ਕਹਿਣਾ ਪੜਾ ਥਾ ਕਿ ਮਰਿਆਦਾ ਕੇ ਤਹਿਤ ਪਤੀ ਕੇ ਸਾਥ ਕਰੇਂਗੇ। ਤੋ ਆਜ ਕੇ ਯੁਗ ਮੇ ਜਵਾਨ ਯੁਵਾ ਲੜਕੇ ਕੋ ਔਰ ਲੜਕੀ ਕੋ ਯਦੀ ਆਪ ਕਹੀਂ ਵੀ ਸਵਤੰਤਰ ਰੂਪ ਸੇ ਛੋੜ ਦੇਂਗੇ ਤੋ ਸਵਾਭਾਵਿਕ ਹੈ ਕਿ ਵਿਕ੍ਰਤੀ ਆਏਗੀ, ਕਿਉਂਕਿ ਇਸ ਉਮਰ ਮੇ ਹਮ ਲੋਗ ਵੀ ਇਸ ਉਮਰ ਸੇ ਗੁਜਰੇ ਹੈ, ਆਪ ਲੋਗ ਵੀ ਗੁਜਰੇ ਹੋਂਗੇ। ਇਸਕਾ ਨਿਯੰਤਰਣ ਅਭਿਭਾਵਕ ਕੇ ਮਾਧਿਅਮ ਸੇ ਸੰਭਵ ਹੈ ਔਰ ਕਿਸੀ ਵੀ ਐਂਗਲ ਸੇ ਨੌਜਵਾਨ ਲੜਕੋਂ ਕਾ ਔਰ ਯੁਵਤੀਓ ਕਾ ਸਵਛੰਦ ਵਿਚਰਣ ਕਰਨੇ ਕਾ ਸਵਤੰਤਰਤਾ ਅਭਿਭਾਵਕ ਕੋ ਨਹੀਂ ਦੇਣਾ ਚਾਹੀਏ। ਮੋਬਾਈਲ ਹੋਣੇ ਚਾਹੀਏ ਲੇਕਿਨ ਬਿਲਕੁਲ ਅਤਿਆਧੁਨਿਕ ਮੋਬਾਈਲ ਕਾ ਉਪਯੋਗ ਕਰਕੇ ਦਿਨ ਔਰ ਦਿਨ ਬਾਹਰ ਔਰ ਰਾਤ ਭਰ ਜੋ ਯੂਜ ਕਰਨਾ ਕਿਸੀ ਵੀ ਐਂਗਲ ਸੇ ਯੁਵਾ ਲੜਕੀ ਔਰ ਲੜਕੇ ਕੇ ਲੀਏ ਪ੍ਰਾਸੰਗਿਕ।